ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਥੇ ਨਵੇਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਹੋਰ ਵਧਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ 3 ਜੁਲਾਈ ਤੋਂ ਸ਼ੁਰੂ ਹੋਵੇਗਾ। ਦੱਸਣਯੋਗ ਹੈ ਕਿ 20 ਜੂਨ 2018 ਤੋਂ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਐਲਾਨ ਤੇ ਦਸਤਖਤ ਕਰਨਗੇ। ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ 3 ਤਲਾਕ ਤੇ ਪਾਬੰਦੀ ਲਗਾਉਣ ਲਈ ਇੱਕ ਨਵੇਂ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬਿੱਲ ਭਾਜਪਾ ਦੀ ਅਗਵਾਈ ਵਾਲੀ ਪਿਛਲੀ NDA ਸਰਕਾਰ ਵੱਲੋਂ ਫਰਵਰੀ ਵਿੱਚ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਲਵੇਗਾ। ਜਾਵੜੇਕਰ ਨੇ ਕਿਹਾ ਕਿ ਇਸ ਨਵੇਂ ਬਿੱਲ ਨੂੰ ਸੰਸਦ ਦੇ ਆਗਾਮੀ ਇਜਲਾਸ ਵਿੱਚ ਪੇਸ਼ ਕੀਤਾ ਜਾਵੇਗਾ। ਮੁਸਲਿਮ ਮਹਿਲਾਓਂ ਕੋ ਟ੍ਰਿਪਲ ਤਲਾਕ ਸੇ ਮੁਕਤੀ ਦੇਣੇ ਕੇ ਲੀਏ, ਟ੍ਰਿਪਲ ਤਲਾਕ ਬੰਦੀ ਕਾ ਯਾਨੀ ਤਲਾਕ ਕੀ ਬਿੱਦਤ ਕੋ ਪਾਬੰਦੀ ਲਗਾਨੇ ਕਾ ਇਸ ਬਾਰ ਬਿੱਲ ਲਾਇਆ ਜਾਏਗਾ। ਜੋ ਅਧਿਆਦੇਸ਼ ਪਹਿਲੇ ਨਿਕਲਾ ਹੈ ਔਰ ਉਸਮੇ ਜੋ ਵੀ ਵਿਪਕਸ਼ੋ ਨੇ ਜੋ ਆਪਣੀ ਭਾਵਨਾਏ ਵਿਅਕਤ ਕੀ ਥੀ, ਆਪੱਤੀਆਂ ਵਿਅਕਤ ਕੀ, ਉਸਕਾ ਵੀ ਸੰਖਿਆ ਲਿਆ ਔਰ ਇਹ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਇਸਕਾ ਇਹ ਪਰਿਚਾਇਕ ਹੈ। ਇਹ ਇਨਸਾਨੀਅਤ ਕਾ ਤਕਾਜ਼ਾ ਹੈ, ਇਹ ਇਨਸਾਫ ਕੀ ਜ਼ਰੂਰਤ ਹੈ ਔਰ ਇਹ ਜੈਂਡਰ ਇਕੁਐਲਿਟੀ ਔਰ ਜੈਂਡਰ ਜਸਟਿਸ ਕੀ ਬਾਤ ਹੈ ਔਰ ਮਹਿਲਾਓਂ ਕੋ ਨਿਆਂ ਮਿਲਣਾ ਚਾਹੀਏ। ਮੁਸਲਿਮ ਮਹਿਲਾਓਂ ਕੋ 3 ਤਰ੍ਹਾਂ ਕੀ ਬਿੱਦਤ ਕੇ ਦੁਆਰਾ ਜੋ ਔਰ ਪਹਿਲੇ ਵੀ ਇਹ 2 ਵਾਰ 3 ਵਾਰ ਪ੍ਰਯਾਸ ਕੀਏ ਬਿੱਲ ਹੁਆ ਲੇਕਿਨ ਰਾਜ੍ਯ ਸਭਾ ਮੇਂ ਨਹੀਂ ਹੋ ਪਾਇਆ, ਇਸ ਲਈ ਹਰ ਵਾਰ ਉਸਕਾ ਅਧਿਆਦੇਸ਼ ਲਾਣੀ ਪੜਾ। ਇਸਮੇ ਜੋ ਵਿਪਕਸ਼ ਦਲੋਂ ਨੇ ਵੀ ਜੋ ਕਹਾ ਔਰ ਜੋ ਬਾਕੀ ਲੋਕੋ ਨੇ ਵੀ ਮੁੱਦੇ ਉਠਾਏ, ਜੋ ਪੂਰੀ ਸਦਨ ਮੇਂ ਚਰਚਾ ਹੋਈ ਉਸਕਾ ਵੀ ਸੰਗਿਆਨ ਲਿਆ ਹੈ। ਮੁਸਲਿਮ ਮਹਿਲਾਓਂ ਕੋ ਨਿਆਂ ਦੇਣੇ ਵਾਲਾ, ਜੈਂਡਰ ਇਕੁਐਲਿਟੀ ਦੇਣੇ ਵਾਲਾ ਔਰ ਜੈਂਡਰ ਜਸਟਿਸ ਦੇਣੇ ਵਾਲਾ, ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਕੋ ਸਾਰਥਕ ਕਰਨੇ ਵਾਲਾ, ਐਸਾ ਇਹ ਬਹੁਤ ਇੱਕ ਇਤਿਹਾਸਿਕ ਨਿਰਣੇ ਔਰ ਮੁਝੇ ਵਿਸ਼ਵਾਸ ਹੈ ਇਸ ਬਾਰ ਸਦਨ ਮੇਂ ਰਾਜ੍ਯ ਸਭਾ ਵੀ ਇਸਕੋ ਸਮਤ ਕਰੇਗੀ ਸੰਮਤ ਕਰੇਗੀ। ਇੱਕ ਬਹੁਤ ਮਹੱਤਵਪੂਰਨ ਮੰਗ ਥੀ ਜੰਮੂ ਕੇ ਲੋਕੋਂ ਕੀ ਕਿ ਜੰਮੂ ਸਾਂਬਾ ਔਰ ਕਠੂਆ ਜੋ ਸੀਮਾਵਰਤੀ ਇਲਾਕਾ ਹੈ, ਜੰਮੂ ਕਸ਼ਮੀਰ ਮੇਂ ਜੋ ਆਰਕਸ਼ਣ ਹੋਤਾ ਹੈ ਉਸ ਆਰਕਸ਼ਣ ਮੇਂ 3% ਆਰਕਸ਼ਣ ਜੋ LOC ਕੇ ਪਾਸ ਹੈ ਦੇਹਾਤ ਗਾਂਵ ਉਨਕੇ ਨਿਵਾਸੀਓਂ ਕੋ ਮਿਲਤਾ ਹੈ, ਆਜ ਤੱਕ ਮਿਲਤਾ ਰਹਾ 3% ਆਰਕਸ਼ਣ। ਲੇਕਿਨ ਜੋ ਅੰਤਰਰਾਸ਼ਟਰੀ ਸੀਮਾ ਹੈ ਵਹਾਂ ਜੋ ਗਾਂਵ ਹੈ ਵਹਾਂ ਜੋ ਰਹਿਤੇ ਵੋ ਤੋ ਜ਼ਿਆਦਾ ਮੁਸ਼ਕਿਲ ਮੇਂ ਰਹਿਤੇ, ਉਨਕੋ ਯੇ ਰਿਜ਼ਰਵੇਸ਼ਨ ਕਾ ਬੇਨੀਫਿਟ ਨਹੀਂ ਮਿਲਤਾ ਥਾ। 435 ਗਾਂਵ ਮੇਂ ਜੋ ਸੀਮਾ ਕੇ ਅੰਤਰਰਾਸ਼ਟਰੀ ਸੀਮਾ ਪਰ ਬਸੇ ਹੈ
435 गांव और 3.5 लाख से अधिक लोग, इनको इसका फायदा मिलेगा और यह आरक्षण उनको भी लागू होगा। यह बहुत महत्वपूर्ण पहल है, खासकर जम्मू जिला, सांबा जिला और कठुआ जिला, इन तीन जिलों में 435 गांव जो अंतर्राष्ट्रीय सीमा पर है वहां यह फायदा मिलेगा, जो अभी तक केवल एलओसी पर बसे गांव को मिलता था वो मिला है। क्योंकि 6 महीने के लिए और बढ़ेगी, क्योंकि 2 जुलाई को समाप्त हो रही थी तो राष्ट्रपति शासन जम्मू कश्मीर में।